ਸ਼ਕਾਲ ਜੀ, ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਹੀ ਚੈਨਲ ਕਲੀਅਰ ਕਲੋਥ ਹਾਊਸ ਪਟਿਆਲਾ ਦੀ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਦੇਖਦੇ ਹੋ, ਕੋਮੈਂਟ ਲਿਖਦੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਫਿਰ ਚੈਨਲ ਫਟਾਫਟ ਸਬਸਕ੍ਰਾਈਬ ਕਰ ਲਓ, ਕਿਉਂਕਿ ਬਹੁਤ ਸੋਹਣੀ ਸੋਹਣੀ ਆਈਟਮਾਂ ਪਹਿਲਾਂ ਲੰਘ ਗਈਆਂ ਅਤੇ ਹੁਣ ਲੰਘ ਜਾਣ। ਅੱਜ ਫਿਰ ਬਹੁਤ ਸੋਹਣੀ ਆਈਟਮਾਂ ਲੈ ਕੇ ਆਏ ਹਾਂ, ਸਬਸਕ੍ਰਾਈਬ ਕਰ ਲਓ ਚੈਨਲ ਤਾਂ ਕਿ ਡੇਲੀ ਤੁਹਾਨੂੰ 12:05 'ਤੇ ਸਾਡੀ ਖੂਬਸੂਰਤ ਸੂਟਾਂ ਦੀ ਵੀਡੀਓ ਬਹੁਤ ਹੀ ਜਨਰਲ ਪ੍ਰਾਈਸ 'ਤੇ ਮਿਲ ਜਾਏਗਾ, ਠੀਕ ਹੈ। ਪਰ ਕਦੇ ਕਦੇ ਟਾਈਮ ਅੱਗਾ ਪਿੱਛਾ ਹੋ ਜਾਂਦਾ, ਵੈਸੇ ਥੋੜ੍ਹਾ ਬਹੁਤ ਬਹੁਤ ਘੱਟ ਹੁੰਦਾ, ਠੀਕ ਹੈ। ਅਤੇ ਜੇ ਤੁਸੀਂ ਸੂਟ ਘਰ ਮੰਗਾਉਣਾ ਹੈ ਤਾਂ ਜਿਹੜਾ ਨੰਬਰ ਚਾਹੀਦਾ ਉਹ ਸਾਡਾ 40 ਰਿਹਾ ਸਕਰੀਨ ਦੇ ਉੱਤੇ, ਇਹਦੇ ਉੱਤੇ ਤੁਸੀਂ ਸਕਰੀਨਸ਼ੋਟ ਲੈ ਕੇ ਭੇਜਣਾ। ਅਤੇ ਅਵੇਲੇਬਿਲਟੀ ਪਤਾ ਲੱਗਣ 'ਤੇ ਔਨਲਾਈਨ ਪੇਮੈਂਟ ਕਰਨੀ ਹੈ, ਕੈਸ਼ ਔਨ ਡਿਲੀਵਰੀ ਅਸੀਂ ਨਹੀਂ ਕਰਦੇ। ਅਤੇ ਜਦੋਂ ਸੂਟ ਤੁਸੀਂ ਮੰਗਾਉਣਾ ਹੈ ਜਿਹੜੇ ਐਡਰੈਸ 'ਤੇ, ਫਿਰ ਸਾਨੂੰ ਐਡਰੈਸ ਭੇਜਣਾ ਹੈ, ਪਿੰਡ ਦਾ ਭੇਜਿਓ, ਸ਼ਹਿਰ ਦਾ ਭੇਜਿਓ, ਸੂਟ ਤੁਹਾਡੇ ਘਰ ਤੱਕ ਪਹੁੰਚੂਗਾ, ਇੰਡੀਆ 'ਚ ਫ੍ਰੀ ਸ਼ਿਪਿੰਗ ਨਾਲ ਪਹੁੰਚੂਗਾ, ਠੀਕ ਹੈ ਜੀ। ਅਤੇ ਬਾਕੀ ਜੇ ਤੁਸੀਂ ਸ਼ੋਪ 'ਤੇ ਆਉਣਾ ਤਾਂ ਮੋਸਟ ਵੈਲਕਮ ਜੀ ਆਇਆਂ ਨੂੰ। ਫਿਰ ਐਡਰੈਸ ਨੋਟ ਕਰ ਲਓ, ਕਲੀਅਰ ਕਲੋਥ ਹਾਊਸ, ਜੋੜੀਆਂ ਸੜਕਾਂ, ਨੇੜੇ ਟੀ ਮੋਹਨਗੜ, ਜੀਕੇ ਵਾਲਾ ਮੋੜ, ਪਟਿਆਲਾ। ਸੰਡੇ ਆਫ ਰੱਖਦੇ ਹਾਂ, ਟਾਈਮ ਰੱਖਦੇ ਹਾਂ 10 to 5। ਜਦ ਵੀ ਆਉਣਾ ਇੱਕ ਫੋਨ ਕਰਨਾ ਬਿਲਕੁਲ ਨਹੀਂ ਭੁੱਲਣਾ, ਕਿਉਂਕਿ ਕਈ ਵਾਰੀ ਕੰਮ ਧੰਦੇ 'ਚ ਟਾਈਮ ਦਾ ਹੇਰ ਫੇਰ ਹੋ ਜਾਂਦੀ ਹੈ, ਇਸ ਕਰਕੇ ਇਹ ਨਾ ਹੋਵੇ ਤੁਸੀਂ ਆਉਂਦੇ ਅਸੀਂ ਤੁਹਾਨੂੰ ਮਿਲੀਏ। ਤਾਂ ਫੋਨ ਤਾਂ ਇੱਕ ਲਾਜ਼ਮੀ ਤੌਰ 'ਤੇ ਕਰ ਲਿਓ। ਅਤੇ ਅੱਜ ਜਿਹੜੇ ਤੁਹਾਨੂੰ ਸੂਟ ਦੇਣੇ ਆ, ਬਹੁਤ ਸੋਹਣੇ ਸੋਹਣੇ ਕੇਸਰ ਕਰਾਚੀ ਬ੍ਰਾਂਡ ਦੀਆਂ ਆਈਟਮਾਂ ਦੇਣੀਆਂ, ਬਹੁਤ ਏ ਕਲਾਸ। ਲਓ ਜੀ, ਕਰਦੇ ਹਾਂ ਸ਼ੁਰੂ। ਲਓ ਜੀ, ਇਹ ਹੈ ਜੀ ਆਪਣਾ ਅੱਜ ਦਾ ਪਹਿਲਾ ਸੂਟ, ਕੇਸਰ ਕਰਾਚੀ ਬ੍ਰਾਂਡ ਦਾ। ਪਹਿਲਾਂ ਤੁਹਾਨੂੰ ਬਹੁਤ ਵਾਰੀ ਕੇਸਰ ਕਰਾਚੀ ਬ੍ਰਾਂਡ ਦੇ ਉੱਤੇ ਪੂਰੀ ਤਰ੍ਹਾਂ ਪਾਸ ਫਰਮ ਹੈ, ਠੀਕ ਹੈ। ਇਹ ਤੁਹਾਨੂੰ ਮਿਲੂਗਾ ਜੀ ਗਲੇਜ਼ ਕੋਟਨ ਦੇ ਵਿੱਚ, ਜਾਂ ਜਾਮ ਕੋਟਨ ਜਿਹਨੂੰ ਕਹਿ ਦਿੰਦੇ, ਜਾਮ ਸਿਲਕ, ਠੀਕ ਹੈ। ਉਹਦਾ ਤੁਹਾਨੂੰ ਮਿਲੂਗਾ ਇਹ ਸ਼ਰਟ, ਅਤੇ ਇਹਦੇ ਉੱਤੇ ਤੁਹਾਨੂੰ ਇੰਨੀ ਕਲਾਸੀਕਲ ਜੀ ਪ੍ਰਿੰਟਿੰਗ, ਠੀਕ ਹੈ। ਅਤੇ ਫਿਰ ਉਹਦੇ ਉੱਤੇ ਖੂਬਸੂਰਤ ਸਰਵੋਸਕੀ ਦਾ ਦਾਣਾ ਗੋਲਡਨ ਕਲਰ ਦਾ, ਠੀਕ ਹੈ, ਕਾਫੀ ਦਿੱਤਾ ਹੋਇਆ, ਠੀਕ। ਇਹ ਤੁਹਾਨੂੰ ਸਾਰਾ ਫਰੰਟ ਮਿਲ ਰਿਹਾ ਘੇਰੇ ਦੇ ਉੱਤੇ, ਸਾਰੇ ਦੇ ਉੱਤੇ ਬਹੁਤ ਸੋਹਣਾ ਵਰਕ ਪ੍ਰਿੰਟ ਹੈ, ਅਤੇ ਕਲਰ ਉਸ ਤੋਂ ਵੀ ਸੋਹਣਾ, ਮਿੱਠਾ ਮਿੱਠਾ ਜਿਹਾ। ਅਤੇ ਇਹ ਆ ਗਈਆਂ ਵਾਂਗ, ਠੀਕ ਹੈ। ਬੈਕ ਦੇ ਉੱਤੇ ਸੇਮ ਪ੍ਰਿੰਟ ਰਹੂਗਾ, ਉਹ ਹੈ ਬੈਕ ਦੇ ਤਾਂ ਹੋਰ ਵੀ ਜ਼ਿਆਦਾ ਸੋਹਣਾ ਹੈ। ਲਓ ਜੀ, ਬੈਕ ਦੇ ਉੱਤੇ ਫੁੱਲ ਦੇ ਉੱਤੇ ਤੁਹਾਡੇ ਫੁੱਲ ਬੈਕ ਤੁਹਾਡੀ ਕਵਰ ਹੋਊਗੀ, ਉੱਪਰ ਤੱਕ ਫੁੱਲ ਹੋਊਗਾ, ਠੀਕ ਹੈ। ਅਤੇ ਫਰੰਟ ਦੇ ਉੱਤੇ ਤੁਹਾਨੂੰ ਇਸ ਤਰ੍ਹਾਂ ਮਿਲੂਗਾ, ਠੀਕ ਹੈ। ਇਹ ਵੀ ਦੇਖ ਲਾ ਵੀ ਡਿਜੀਟਲ ਪ੍ਰਿੰਟ ਹੈ ਜਾਂ ਪਿਛਲਾ ਦਿਖ ਲਿਆ, ਨਹੀਂ ਜੀ ਆਪਣੇ ਡਿਜੀਟਲ ਪ੍ਰਿੰਟ ਹੈ ਮੂਰੇ, ਹਾਂਜੀ, ਠੀਕ ਹੈ। ਵਿਦਆਊਟ ਲਾਈਨਿੰਗ ਸੂਟ ਬਣੂਗਾ, ਏ ਕਲਾਸ, ਠੀਕ ਹੈ। ਖੁੱਲ੍ਹਾ ਡੁੱਲਾ ਤੁਹਾਡਾ ਫੈਬਰਿਕ ਹੋਊਗਾ, ਅਤੇ ਨਾਲ ਤੁਹਾਨੂੰ ਮਿਲੂਗੀ ਪਿਓਰ ਰਿਓਨ ਦੀ ਬੋਟਮ, ਠੀਕ ਹੈ। ਪਿਓਰ ਰਿਓਨ ਦੀ ਹੋਊਗੀ, ਬਿਲਕੁਲ ਐਨ ਸੋਫਟ ਪਤਲਾ ਫੈਬਰਿਕ, ਬਿਲਕੁਲ ਕੋਈ ਇਹ ਨਹੀਂ ਹੈਗਾ ਵੀ ਕੋਈ ਲਾਈਨਿੰਗ ਦੀ ਲੋੜ ਨਹੀਂ, ਮੈਂ ਬਿਨਾਂ ਲਾਈਨਿੰਗ ਤੋਂ ਪਲਾਸੋ ਬਣਾਇਆ, ਆਰਾਮ ਨਾਲ ਤੁਸੀਂ ਪਾ ਕੇ ਹੰਢਾਉਣਾ, ਏ ਕਲਾਸ ਫੈਬਰਿਕ ਹੈ, ਠੀਕ ਹੈ। ਅਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ, 2.5 ਦੀ ਹੋਊਗੀ ਬੋਟਮ, ਅਤੇ 2.25 ਮੀਟਰ ਦਾ ਇਹਨਾਂ ਦਾ ਦੁਪੱਟਾ ਹੁੰਦਾ ਕੇਸਰ ਕਰਾਚੀ ਦਾ, ਠੀਕ ਹੈ। ਹਾਲੇ 2.25 ਹੀ ਹੁੰਦਾ, ਕੱਲ੍ਹ ਨੂੰ ਵਧਾ ਦੇਣਾ ਤੁਹਾਨੂੰ ਦੱਸਾਂਗੇ, ਫਿਲਹਾਲ 2.25 ਹੀ ਹੈ। ਫੁੱਲ ਪਿਓਰ ਦਾ, ਪਿਓਰ ਮੈਂਬਰ ਦਾ। ਲਓ ਜੀ, ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ, ਠੀਕ ਹੈ। ਦੇਖੋ ਬਹੁਤ ਸੋਹਣੀ ਸੋਹਣੀ ਫੁੱਲ ਪਿਓਰ, ਅਸੀਂ ਨਹੀਂ ਕਹਿੰਦੇ ਫਰਮ ਬਣੀ ਮਾਰਕ ਹੈ ਜੀ, ਫੁੱਲ ਪਿਓਰ ਦਾ ਦੁਪੱਟਾ ਤੁਹਾਨੂੰ ਹੁਣੇ ਦਿਖਾਉਣੀ ਹੈ ਮੈਂ, ਠੀਕ ਹੈ। ਸਾਰਾ ਕੁਛ ਇਹਦੇ ਉੱਤੇ ਲਿਖਿਆ ਹੋਇਆ ਹੈ, ਪਿਓਰ ਦਾ ਪਿਓਰ ਮੈਂਬਰ ਸ਼ਿਫੋਨ ਦਾ ਦੁਪੱਟਾ ਹੋਊਗਾ, ਅਤੇ ਪਿਓਰ ਰਿਓਨ ਦੀ ਬੋਟਮ ਹੋਊਗੀ, ਸਾਰਾ ਇਹਦੇ ਵਿੱਚ ਲਿਖਿਆ ਹੋਇਆ, ਠੀਕ ਹੈ। ਸੋ ਇਹ ਤੁਹਾਨੂੰ ਮਿਲਣਾ ਜੀ 1500 ਰੁਪਏ 'ਚ, ਸਿਰਫ 1500 ਰੁਪਇਆ ਤੁਸੀਂ ਸਾਨੂੰ ਪੇ ਕਰਨਾ, ਅਤੇ ਸੂਟ ਤੁਹਾਡੇ ਘਰ ਪਹੁੰਚ ਜਾਣਗੇ। ਲਓ ਜੀ, ਇਹਦੇ ਤੁਹਾਨੂੰ ਮੈਂ ਕਲਰ ਦਿਖਾਉਣੀ ਹੈ ਹੁਣ ਫਟਾਫਟ, ਬਹੁਤ ਸੋਹਣੇ ਸੋਹਣੇ ਕਲਰ ਨੇ ਸਾਰੇ ਇਹਦੇ, ਆਏ ਦੀ ਲੁੱਕ ਆਊਗੀ ਅਗਲੇ ਦੀ, ਠੀਕ ਹੈ। ਅਤੇ ਮੈਂ ਤੁਹਾਨੂੰ ਇਹਦਾ ਕਲਰ ਦਿਖਾ ਦਿੰਦੀ ਹਾਂ, ਬਹੁਤ ਪਿਆਰਾ ਜਿਹਾ ਕਲਰ ਹੈ, ਠੀਕ ਹੈ। ਸੇਮ ਹੀ ਹੈ, ਅਤੇ ਫਰਕ ਹੈ ਡਿਜ਼ਾਇਨ, ਫਰਕ ਥੋੜ੍ਹਾ ਬਹੁਤ ਉੱਨੀ ਕੀ ਡਿਜ਼ਾਇਨ 'ਚ ਫਰਕ ਹੈ, ਆਈਡੀਆ ਤਾਂ ਉਹੀ ਹੈ ਵੀ ਇੱਕ ਫੁੱਲ ਮਤਲਬ ਇਸ ਤਰ੍ਹਾਂ ਤੁਹਾਨੂੰ ਮਿਲਣਾ।
ਤੇ ਸਰਬੋਸਕੀ ਨਾਲ ਮਿਲ ਜਾਏ ਤੇ ਇਹਦੇ ਉੱਤੇ ਬੜਾ ਸੋਹਣਾ ਸੈਲਫ ਪ੍ਰਿੰਟ ਜਾਂ ਡਿਜੀਟਲ ਪ੍ਰਿੰਟ ਜਿਹਾ ਹੋਇਆ ਹੋਇਆ ਤੇ ਬੈਕ ਸਾਈਡ 'ਤੇ ਤੁਹਾਨੂੰ ਇਸ ਤਰ੍ਹਾਂ ਉਹਦੇ ਫੁੱਲ ਬੈਕ ਸੀ ਇਹਦੇ ਇਹਦੇ ਕਿ ਜਿੱਡਾ ਹੀ ਹੁੰਦਾ ਜਿੱਡਾ ਮੂਹਰੇ ਆ ਠੀਕ ਹੈ ਜੀ ਅਤੇ ਇਹ ਤੁਹਾਨੂੰ ਮਿਲੂਗਾ ਡਿਜੀਟਲ ਪ੍ਰਿੰਟ ਹਾਂ ਦੱਸ ਇਹ ਤੁਹਾਨੂੰ ਮਿਲੂਗਾ ਜੀ ਬੋਟਮ ਠੀਕ ਹੈ ਪਿਓਰ ਰਿਓਨ ਦਾ ਪਿਓਰ ਰਿਓਨ ਜਿਹੜੀ ਹੁੰਦੀ ਹੈ ਬਿਲਕੁਲ ਪਤਲੀ ਹੁੰਦੀ ਹੈ ਪਤਾ ਵੀ ਨਹੀਂ ਲੱਗਦਾ ਹੁੰਦਾ ਕਿ ਰਿਓਨ ਹੈ ਇੰਨਾ ਫਾਈਨ ਫੈਬਰਿਕ ਹੁੰਦਾ ਅਤੇ ਇਹ ਤੁਹਾਨੂੰ ਮਿਲੂ ਦੁਪੱਟਾ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਹਾਂ ਕੰਟਰਾਸਟ ਦੁਪੱਟੇ ਹੁੰਦੇ ਆ ਬਹੁਤ ਪਿਆਰਾ ਦੁਪੱਟਾ ਲੱਗਿਆ ਹੋਇਆ ਨਾਲ ਜਿਹੜਾ ਫੁੱਲ ਹੈ ਉਹਦੇ ਵਿੱਚ ਉਹਦੇ ਨਾਲ ਦੁਪੱਟਾ ਲੱਗਿਆ ਉਸ ਕਲਰ ਠੀਕ ਹੈ ਅਤੇ ਇਹਦੇ ਨਾਲ ਸੀ ਗ੍ਰੀਨ ਕੰਨੀ ਬਣਾਈ ਹੋਈ ਹੈ ਬਹੁਤ ਦੇਖੋ ਇਹ ਕਲਾਸ ਫੈਬਰਿਕ ਪ੍ਰਾਈਸ ਮਿਲਣਾ ਤੁਹਾਨੂੰ ਸਿਰਫ 1500 ਰੁਪਏ ਲਓ ਜੀ ਅਗਲਾ ਦੇਖੋ ਤੁਸੀਂ ਫੋਟੋ ਠੀਕ ਹੈ ਮੋਵਿਸ਼ ਹਾਂਜੀ ਕੀ ਇਹਨੂੰ ਹੋਰ ਕੀ ਕਹਿੰਦੇ ਹੁੰਦੇ ਆ ਲਵੈਂਡਰ ਲਵੈਂਡਰ ਇੱਕ ਤਾਂ ਨਾਮ ਵਾਲੀ ਨਹੀਂ ਲਓ ਜੀ ਇਹ ਤੁਹਾਨੂੰ ਮਿਲੂਗਾ ਲਵੈਂਡਰ ਕਲਰ ਦੇ ਉੱਤੇ ਬਹਿ ਜਾ ਕਰਦਾ ਸੂਟ ਫੈਬਰਿਕ ਦੁਬਾਰਾ ਦੱਸ ਦਿੰਦੀ ਹੈ ਜਾਮ ਕੋਟਨ ਜਾਂ ਗਲੇਸ ਕੋਟਨ ਜਿਹਨੂੰ ਕਹਿ ਦਿੰਦੇ ਹੈ ਠੀਕ ਹੈ ਅਤੇ ਉਹਦੇ ਵਿੱਚ ਆ ਇਸ ਤਰ੍ਹਾਂ ਪ੍ਰਿੰਟਿੰਗ ਖੂਬਸੂਰਤ ਬਹੁਤ ਪਿਆਰਾ ਜਿਹਾ ਕਲਰ ਅਤੇ ਸਰੋਸਕੀ ਨਾਲ ਹਾਈਲਾਈਟ ਹੈ ਠੀਕ ਹੈ ਬਹੁਤ ਪਿਆਰਾ ਅਤੇ ਇਹ ਹੋ ਗਿਆ ਫਰੰਟ ਇਹ ਹੋ ਗਿਆ ਬੈਕ ਬੈਕ ਫਿਰ ਇਹਦਾ ਪੂਰਾ ਫੁੱਲ ਥੋੜ੍ਹਾ ਜਿਹਾ ਪੱਖਾ ਰੱਖੋ ਉੱਡ ਬਹੁਤ ਰਹੇ ਆ ਦਿਖਾਈ ਨਹੀਂ ਜਾ ਰਹੇ ਇਕੱਠੇ ਹੋ ਗਏ ਲਓ ਜੀ ਆਹ ਤੁਹਾਨੂੰ ਮਿਲੂਗਾ ਫੁੱਲ ਬੈਕ ਦੇ ਉੱਤੇ ਪ੍ਰਿੰਟ ਠੀਕ ਹੈ ਅਤੇ ਆ ਗਈਆਂ ਬਾਹਾਂ ਆਹ ਵਾਲੀਆਂ ਠੀਕ ਹੈ ਅਤੇ ਇਹ ਆ ਗਈ ਇਹਦੀ ਬੋਟਮ ਇਹ ਦੁਪੱਟਾ ਆਊਗਾ ਠੀਕ ਹੈ ਇਹ ਤੁਹਾਨੂੰ ਗ੍ਰੇ ਕਲਰ ਦਾ ਦੁਪੱਟਾ ਮਿਲਣਾ ਹੈ ਖੋਲ੍ਹ ਕੇ ਦਿਖਾ ਦਿੰਦੇ ਹਾਂ ਵੀ ਤੁਹਾਨੂੰ ਗ੍ਰੇ ਨਹੀਂ ਹੈਗਾ ਡਿਫਰੈਂਟ ਜਿਹਾ ਹੀ ਹੈ ਕਲਰ ਹੈ ਨਾ ਹਾਂਜੀ ਆਹ ਤੁਹਾਨੂੰ ਇਹਦੇ ਇਸ ਤਰ੍ਹਾਂ ਵਿੱਚ ਇੱਕ ਫੁੱਲ ਮਿਲੂਗਾ ਫੁੱਲ ਪਿਓਰ ਦਾ ਦੁਪੱਟਾ ਮਿੰਟੋ ਮਿੰਟੀ ਪਸੰਦ ਆਉਣ ਵਾਲੀਆਂ ਚੀਜ਼ਾਂ ਨੇ ਮਿੰਟ ਇੱਕ ਹੀ ਲਾਉਣਾ ਹੈ ਜੇ ਥੋੜ੍ਹਾ ਜਿਹਾ ਵੀ ਬਣਦਾ ਹੈ ਠੀਕ ਹੈ ਜੀ ਲਓ ਜੀ ਅਗਲਾ ਦਿਖਾਉਂਦੇ ਹਾਂ ਤੁਹਾਨੂੰ ਆ ਲਓ ਜੀ ਅਗਲਾ ਦੇਖੋ ਇਹ ਤੁਹਾਨੂੰ ਮਿਲੂਗਾ ਸ਼ਰਟ ਪੀਸ ਲਾਈਟ ਸ਼ੇਡ ਦੇ ਉੱਤੇ ਕਲਰਫੁੱਲ ਜੀ ਪ੍ਰਿੰਟਿੰਗ ਬਹੁਤ ਪਿਆਰੀ ਲੱਗ ਰਹੀ ਹੈ ਲਓ ਬਹੁਤ ਖਿੜਵੀਂ ਲੁੱਕ ਦਾ ਸੂਟ ਹੈ ਇਹਦਾ ਵੀ ਬੈਕ ਫੁੱਲ ਹੋਊਗਾ ਠੀਕ ਹੈ ਬੈਕ ਫੁੱਲ ਪ੍ਰਿੰਟ ਹੈ ਇਹ ਤੁਹਾਨੂੰ ਮਿਲ ਰਿਹਾ ਫਰੰਟ ਅਤੇ ਨਾਲ ਇਹਦੇ ਬਿਸਕੁਟੀ ਜਿਹੇ ਕਲਰ ਦੀ ਬੋਟਮ ਮਿਲੂਗੀ ਤੁਹਾਨੂੰ ਨੋ ਸੋਰੀ ਦੁਪੱਟਾ ਮਿਲੂਗਾ ਫੁੱਲ ਪਿਓਰ ਦੇ ਦੁਪੱਟੇ 2.25 meters ਬਾਹਰ ਖੁੱਲ੍ਹੇ ਨੇ ਇਹ ਕਲਾਸ ਸੂਟ ਤੁਹਾਡਾ ਤੁਹਾਡੇ ਕੋਲ ਪਹੁੰਚ ਜਾਣਾ ਹਾਲ ਪੀਚੀ ਜਾ ਅਤੇ ਉਹਦੇ ਉੱਤੇ ਇੱਕ ਵੱਡਾ ਸਾਰਾ ਫੁੱਲ ਇੱਕ ਸਾਈਡ ਇੱਕ ਵੱਡਾ ਸਾਰਾ ਫੁੱਲ ਦੂਜੀ ਸਾਈਡ ਅਤੇ ਸੂਟ ਮਿਲਣਾ ਤੁਹਾਨੂੰ ਸਿਰਫ 1500 ਚ ਮਿੰਟ ਇੱਕ ਹੀ ਲਾਉਣਾ ਜੇ ਤੁਹਾਨੂੰ ਪਸੰਦ ਹੈ ਤਾਂ ਠੀਕ ਹੈ ਜੀ ਬਿਊਟੀਫੁੱਲ ਕਲੈਕਸ਼ਨ ਹੈ ਬਹੁਤ ਪਿਆਰੀ ਇਹ ਸਭ ਦੀ ਰੇਂਜ 'ਚ ਸੂਟ ਬਹੁਤ ਸੋਹਣੀ ਹੈ ਫੈਬਰਿਕ ਵਿਦਆਊਟ ਲਾਈਨਿੰਗ ਬਣੂਗਾ ਪੂਰਾ ਸੋਲਿਡ ਫੈਬਰਿਕ ਆਊਗਾ ਤੁਹਾਡੇ ਕੋਲ ਠੀਕ ਹੈ ਅਤੇ ਇਹਦਾ ਬੈਕ ਪ੍ਰਿੰਟ
ਫੁੱਲ, ਠੀਕ ਹੈ। ਅਤੇ ਆਹ ਹੋ ਗਿਆ ਇਹਦਾ ਬੋਟਮ 2.5 ਮੀਟਰ ਦਾ, ਅਤੇ ਆਹ ਹੋ ਗਿਆ ਇਹਦਾ ਜਿਹੜਾ ਆਹ ਵਿੱਚ ਕਲਰ ਯੂਜ਼ ਹੋਇਆ ਨਾ ਉਹਦੇ ਨਾਲ ਦਾ ਦੁਪੱਟਾ। ਦੇਖੋ ਕਿੰਨਾ ਪਿਆਰਾ ਲੱਗ ਰਿਹਾ, ਬਹੁਤ ਹੀ ਖੂਬਸੂਰਤ ਫੁੱਲ ਪਿਓਰ ਦੇ ਦੁਪੱਟੇ ਆ। ਬਹੁਤ ਸਾਰੀਆਂ ਭੈਣਾਂ ਦੀ ਚੋਇਸ ਹੈ, ਫੁੱਲ ਪਿਓਰ ਦੇ ਦੁਪੱਟਿਆਂ ਦੀ ਵੇਟ ਹੋ ਰਹੀ ਹੁੰਦੀ ਹੈ ਜੀ। ਫੁੱਲ ਪਿਓਰ ਦੇ ਦੁਪੱਟਿਆਂ ਨਾਲ ਹੀ ਸਾਨੂੰ ਅੱਛੇ ਲੱਗਦੇ ਨੇ। ਲਓ ਦੇਖੋ ਗ੍ਰੇ, ਠੀਕ ਹੈ, ਆਹ ਵਾਲੀ ਲੁੱਕ ਆਊਗੀ। ਬੈਕ ਸਾਈਡ ਤੋਂ ਮੈਂ ਵੀ ਦਿਖਾ ਦਿੰਦੀ ਹਾਂ, ਇਹ ਜਿਹੀ ਹੋਊਗੀ। ਸਾਰੇ ਸੂਟ ਤੁਹਾਨੂੰ ਖੋਲ੍ਹ ਕੇ ਦਿਖਾਤੇ ਅਸੀਂ, ਵੀਡੀਓ ਸਕਿੱਪ ਕਰਕੇ ਨਾ ਦੇਖਿਆ ਕਰੋ, ਕਿਉਂਕਿ ਕਈ ਵਾਰੀ ਕੋਈ ਇਹੋ ਜਿਹੀ ਚੀਜ਼ ਅਸੀਂ ਵਿੱਚ ਬੋਲ ਦਿੰਦੇ ਹਾਂ, ਬਾਅਦ 'ਚ ਜਿਹੜੀ ਰਹਿ ਰੂਗੀ ਹੁੰਦੀ ਹੈ ਕੋਈ ਐਕਸਪਲੇਨੇਸ਼ਨ, ਠੀਕ ਹੈ, ਵੀ ਤੁਹਾਨੂੰ ਪਤਾ ਨਾ ਹੋਵੇ। ਆਹ ਤੁਹਾਨੂੰ ਮਿਲੂਗਾ ਇਹਦਾ ਬੈਕ ਸਾਈਡ ਬੈਕ, ਇਹ ਚੀਜ਼ ਨਵੀਂ ਐਡ ਆਨ ਹੋਈ ਹੈ ਵੀ ਸਾਰੇ ਬੈਕ ਦੇ ਉੱਪਰ ਫੁੱਲ ਉੱਪਰ ਤੱਕ ਹੈ, ਬਹੁਤ ਪਿਆਰਾ ਲੱਗ ਰਿਹਾ ਸੂਟ। ਅਤੇ ਆਹ ਤੁਹਾਨੂੰ ਮਿਲੂ ਇਹਦਾ ਦੁਪੱਟਾ, ਇਹ ਹੀ ਹੈ ਨਾ, ਹਾਂਜੀ ਗ੍ਰੇ ਕਲਰ ਹੈ ਨਾ, ਕੰਨੀ ਜਿਹੜੀ ਉਹ ਸੇਮ ਆਉਂਦੀ ਹੈ, ਉਸ ਕੰਨੀ ਸੇਮ ਹੈ। ਆਹ ਤੁਹਾਨੂੰ ਮਿਲਦਾ ਦੁਪੱਟਾ, ਠੀਕ ਹੈ, ਕੰਟਰਾਸਟ ਦੁਪੱਟਿਆਂ ਦੇ ਨਾਲ ਬਹੁਤ ਪੜ੍ਹੇ ਲਿਖੇ ਦੁਪੱਟੇ ਨੇ, ਏ ਕਲਾਸ ਚੀਜ਼ਾਂ ਨੇ, ਮਿੰਟ ਇੱਕ ਹੀ ਲਾਉਣਾ। ਲਓ ਜੀ ਇਹ ਸੀਗੇ 1500 ਵਾਲੇ, ਅਤੇ ਹੁਣ ਆਪਾਂ ਅਗਲੀ ਕੈਟੇਗਰੀ ਸ਼ੁਰੂ ਕਰਦੇ ਹਾਂ, ਪਾਉਂਗਾ ਵੀ ਕੇਸਰ ਕਰਾਚੀ ਦਾ, ਇਹ ਲਿਲਣ ਦੇ, ਠੀਕ ਹੈ ਜੀ। ਲਓ ਜੀ ਬਹੁਤ ਪਿਆਰਾ ਫੈਬਰਿਕ ਹੈ, ਕੋਟਨ ਦੀ ਬੋਟਮ ਹੈ ਅਤੇ ਪਿਓਰ ਲਿਲਣ ਦਾ ਸ਼ਰਟ ਸ਼ਰਟ ਹੈ, ਠੀਕ ਹੈ। ਲਓ ਜੀ ਦੇਖੋ ਪਹਿਲਾਂ ਤਾਂ ਕਲਰ ਹੀ ਬਹੁਤ ਸੋਹਣੇ, ਅਤੇ ਫਿਰ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ, ਖੂਬਸੂਰਤ ਲੁੱਕ ਦੇ ਵਿੱਚ ਤੁਹਾਡੇ 2.5 ਦੇ ਕੱਟ ਹੁੰਦੇ ਨੇ ਇਹ, ਠੀਕ ਹੈ, ਬੋਟਮ ਵੀ 2.5 ਅਤੇ ਸ਼ਰਟ ਵੀ 2.5। ਅਤੇ ਫਿਰ ਤੁਹਾਨੂੰ ਮਿਲ ਰਿਹਾ ਇਹ ਇਸ ਤਰ੍ਹਾਂ ਵਰਕ, ਠੀਕ ਹੈ, ਆਹ ਸਾਰਾ ਜਿਹੜਾ ਲੱਗਿਆ ਹੋਇਆ ਔਰਗੈਂਜ਼ਾ ਦੇ ਉੱਤੇ ਵਰਕ ਹੋਇਆ ਹੋਇਆ, ਠੀਕ। ਅਤੇ ਇਹ ਤੁਹਾਨੂੰ ਫਰੰਟ ਘੇਰਾ ਵਾਧੂ ਬਣ ਜਾਣਾ, ਬਹੁਤ ਹੈ ਨਾ। ਅਤੇ ਆਹ ਖੂਬਸੂਰਤ ਜਿਹੜੀ ਚੀਜ਼ ਹੈ ਉਹ ਬੈਕ ਦੇਖੋ, ਇਹਦੀ ਸੇਮ ਹੋਊਗੀ, ਬਸ ਉਹ ਨਹੀਂ ਹੋਣਾ ਹੁੰਦਾ, ਲੇਸ ਨਹੀਂ ਹੋਣੀਗੀ ਬਸ ਜਿਹੜੀ ਲੱਗੀ ਹੋਈ ਹੈ, ਅਤੇ ਬਾਹਾਂ 'ਤੇ ਇਸ ਤਰ੍ਹਾਂ ਦਾ ਬੈਕ, ਠੀਕ ਹੈ ਜੀ। ਵਿਦਾਊਟ ਲਾਈਨਿੰਗ ਇਹ ਵੀ ਬਣ ਜੂਗਾ, ਲਾਈਨਿੰਗ ਲਵਾਉਣੀ ਹੈ ਤੁਹਾਡੀ ਮਰਜ਼ੀ ਹੈ, ਠੀਕ ਹੈ। ਇਹ ਤੁਹਾਨੂੰ ਮਿਲੂਗੀ ਇਹਦੇ ਨਾਲ ਕੋਟਨ ਦੀ, ਪਿਓਰ ਕੋਟਨ ਦੀ ਬੋਟਮ, ਠੀਕ ਹੈ, 2.5 ਦੀ। ਅਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਖੋਲ੍ਹ ਕੇ ਦਿਖਾਉਂਦੀ ਹਾਂ ਮੈਂ। ਲਓ ਜੀ ਜਸਟ ਪਿੱਕ ਆਈਟਮ ਹੈ ਸਾਰੀਆਂ ਜਿਹੜੀਆਂ ਹੁਣ ਦਿਖਾਉਣ ਲੱਗੀਆਂ, ਦੇਖੋ ਪਹਿਲਾਂ ਤਾਂ ਕਲਰ ਬਹੁਤ ਸੋਹਣੇ ਹੈ, ਫਿਰ ਪ੍ਰਿੰਟਿੰਗ ਇੰਨੀ ਪਿਆਰੀ ਹੈ, ਅਤੇ ਫੈਬਰਿਕ ਤਾਂ ਸੋਹਣਾ ਹੈ ਹੀ ਹੈ। ਲਓ ਜੀ ਦੇਖੋ ਇਹ ਤੁਹਾਨੂੰ ਮਿਲਣਾ ਹੈ, ਅਤੇ ਇੱਕ ਸੈਂਟਰ 'ਚ ਤੁਹਾਨੂੰ ਫੁੱਲ ਮਿਲੂਗਾ, ਮੈਂ ਡਬਲ ਖੋਲਿਆ ਸੀ ਵੀ ਕਲੀਅਰ ਹੋ ਜਾਣ ਕਲਰ, ਆਹ ਤੁਹਾਨੂੰ ਸੈਂਟਰ 'ਚ ਮਿਲੂਗਾ, ਠੀਕ ਹੈ। ਬਹੁਤ ਪਿਆਰਾ ਜਿਹਾ ਸੂਟ ਹੈ, ਅਤੇ ਇਹਦਾ ਪ੍ਰਾਈਸ ਮਿਲੂਗਾ ਤੁਹਾਨੂੰ 1750 1750 ਰੁਪਏ, 1750 'ਚ ਸੂਟ ਤੁਹਾਡੇ ਘਰ ਆ ਜੂਗਾ ਲਿਲਨ ਕੋਟਨ ਦੇ ਨਾਲ। ਹੋ ਗਿਆ ਜੀ ਆਨ, ਲਓ ਜੀ ਅਗਲਾ ਦੇਖ ਲਓ। ਪਰਪਲ ਜਾ, ਪਰਪਲ ਜਾ, ਹਾਂ ਪਰਪਲ ਪਿੰਕ ਜਿਹਾ, ਪਰਪਲ ਪਿੰਕ ਜਿਹਾ ਦੇਖੋ ਕਿੰਨਾ ਪਿਆਰਾ, ਬੋਟਮ ਤੋਂ ਜ਼ਿਆਦਾ ਕਲੀਅਰ ਹੋ ਜੂ, ਠੀਕ ਹੈ, ਪੰਜਾਬੀ ਕੋਟਨ ਬੋਟਮ ਹੈ, ਅਤੇ ਇਹ ਤੁਹਾਨੂੰ ਮਿਲ ਰਿਹਾ ਲਿਲਣ ਦੇ ਉੱਤੇ, ਠੀਕ ਹੈ। ਬਹੁਤ ਪਿਆਰਾ ਸੂਟ ਹੈ, ਫੈਬਰਿਕ ਦੀ ਚਿੰਤਾ ਨਹੀਂ ਕਰਨੀ, ਸਟਾਈਲ ਬਹੁਤ ਸੋਹਣਾ ਹੈ, ਅਤੇ ਪ੍ਰਿੰਟਿੰਗ ਤਾਂ ਬਹੁਤ ਹੀ ਪਿਆਰੀ ਹੈ, ਅਤੇ
ਆਫਲਾਈਨ ਵੀ ਸਾਡਾ ਪਾਸ ਹੈ, ਪਹਿਲੀ ਲੁੱਕ ਦੇ ਵਿੱਚ ਪਸੰਦ ਆਉਂਦੇ ਕਸਟਮਰ ਨੂੰ, ਠੀਕ ਹੈ, ਅਤੇ ਪੂਰਾ ਐਨ ਪ੍ਰੋਪਰ ਵਰਕ ਹੋਇਆ ਵਿਆ। ਤੁਸੀਂ ਲਟਕਵਾਂ ਪਸੰਦ ਕਰਦੇ ਹੋ ਲਟਕਵਾਂ ਰੱਖ ਲਓ, ਉੱਪਰ ਪਸੰਦ ਕਰਦੇ ਹੋ ਤਾਂ ਉੱਪਰ ਕਰ ਸਕਦੇ ਹੋ ਤੁਸੀਂ, ਜਿਵੇਂ ਤੁਹਾਨੂੰ ਕੰਫਰਟੇਬਲ ਲੱਗੂਗਾ, ਪਰ ਇੱਦਾਂ ਜ਼ਿਆਦਾ ਅੱਛਾ ਲੱਗ ਰਿਹਾ ਹੈ, ਠੀਕ ਹੈ। ਅਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾ ਦਿੰਦੀ ਹੈ, ਲਓ ਜੀ ਆਹ ਦੇਖੋ। ਪਹਿਲਾਂ ਮੈਂ ਇੱਦਾਂ ਹੀ ਖੋਲੂੰਗੀ ਹਾਫ, ਠੀਕ ਹੈ, ਹਾਫ ਵੀ ਨਹੀਂ ਵਨ ਫੋਰਥ, ਅਤੇ ਫਿਰ ਮੈਂ ਤੁਹਾਨੂੰ ਇਹਦਾ ਸੈਂਟਰ ਦਿਖਾ ਦਿੰਦਾ, ਜਿਵੇਂ ਉਹਦਾ ਸੀਗਾ ਸੇਮ ਹੀ ਹੋਊਗਾ, ਇਸ ਤਰ੍ਹਾਂ ਸੈਂਟਰ 'ਚ ਖੋਲੂੰਗੀ। ਬਹੁਤ ਹੀ ਖੂਬਸੂਰਤ ਕਲਰ ਹੈ, ਬਹੁਤ ਪਿਆਰਾ, ਇਹ ਤਾਂ ਰੰਗ ਹੀ ਸਾਰੇ ਬਹੁਤ ਸੋਹਣੇ ਹੈ। ਬਸ ਤੁਹਾਨੂੰ ਦੱਸਿਆ ਤੁਸੀਂ ਸਾਨੂੰ ਪੈਸੇ ਰੰਗਾਂ ਦੇ ਦੇਣੇ ਹੈ, ਤੁਹਾਨੂੰ 30 ਪੈਸੇ ਦੇਣੇ, ਠੀਕ ਹੈ। ਲਓ ਜੀ ਦੇਖੋ ਕਿੰਨਾ ਪਿਆਰਾ ਲੱਗਣਾ ਸੂਟ, ਗਰੇ ਦੇ ਵਿੱਚ ਪਿੰਕ ਦਾ ਕੰਬੀਨੇਸ਼ਨ ਸੂਟ ਕਰੂਗਾ, ਪੈਜਾ, ਠੀਕ ਹੈ, ਹੈ ਉਹੀ ਹੈ ਸੇਮ, ਪਰ ਫਿਰ ਵੀ ਮੇਰਾ ਜੀ ਕਰ ਰਿਹਾ ਖੋਲ੍ਹ ਕੇ ਦਿਖਾਉਣ ਦਾ, ਦੇਖੋ ਲੁੱਕ ਕਿੰਨੀ ਸੋਹਣੀ ਆਉਣੀ ਹੈ, ਠੀਕ ਹੈ ਜੀ। ਠੀਕ ਹੈ, ਆ ਇਹਦੇ ਉੱਤੇ ਵਰਕ ਬਹੁਤ ਪਿਆਰਾ ਵਰਕ ਹੋਇਆ ਵਿਆ, ਇਹਦੇ ਉੱਤੇ ਔਰਗੈਂਜ਼ਾ ਦੇ ਉੱਤੇ ਵਰਕ ਪ੍ਰੋਪਰ, ਠੀਕ ਹੈ। ਅਤੇ ਆਹ ਤੁਹਾਨੂੰ ਲੁੱਕ ਆਊਗੀ ਗਰੇ ਕਲਰ ਵੀ ਵਿਦਾਊਟ ਲਾਈਨਿੰਗ, ਥੋੜ੍ਹਾ ਸੂਟ ਬਣ ਜੂਗਾ, ਲਾਈਨਿੰਗ ਲਗਾਉਣੀ ਹੈ ਤੁਹਾਡੀ ਪਿੱਛੇ, ਠੀਕ ਹੈ। ਅਤੇ ਨਾਲ ਇਹ ਹੋ ਗਿਆ ਇਹਦਾ ਦੁਪੱਟਾ, ਹੁਣ ਇਹਨੂੰ ਨਹੀਂ ਖੋਲਦੇ ਆਪਾਂ ਦੁਪੱਟੇ ਨੂੰ, ਇਹ ਹੈਗੇ ਜੀ ਸਾਰੇ 1750 ਜਿਹੜੇ ਹੁਣ ਦਿਖਾ ਰਹੀ ਹੈ, ਸਾਰੇ 1750 ਵਾਲੇ ਹੈ, ਠੀਕ ਹੈ। ਲਓ ਅਗਲਾ ਦੇਖ ਲਓ ਸੀ ਗ੍ਰੀਨ ਕਲਰ, ਅਤੇ ਆਹ ਜਿਹੜੀ ਪਾਰਟੀਸ਼ਨ ਜੀ ਬਣੀ ਹੈ ਨਾ ਵਿੱਚ ਪ੍ਰਿੰਟ ਦੀ, ਬਹੁਤ ਪਿਆਰੀ ਲੁੱਕ ਦਿੰਦੀ ਹੈ, ਬਹੁਤ ਖੂਬਸੂਰਤ ਲੱਗਦਾ ਜੀ, ਦੇਖੋ ਇੰਨਾ ਸੁਪੀਰੀਅਰ ਕੁਆਲਿਟੀ ਦਾ ਕੰਮ ਹੋਇਆ ਹੋਇਆ, ਏ ਕਲਾਸ ਫੈਬਰਿਕ, ਠੀਕ ਹੈ। ਅਤੇ ਆਹ ਨਾਲ ਖਿੜਵੀਂ ਲੁੱਕ ਦਾ ਦੁਪੱਟਾ, ਅਤੇ ਪ੍ਰਾਈਸ ਸਿਰਫ 1750, ਉਹ ਵੀ ਘਰ ਤੱਕ ਆਉਣੇ ਸੂਟ ਤੁਹਾਡੇ, ਐਕਸਟਰਾ ਸ਼ਿਪਿੰਗ ਚਾਰਜ ਤੁਸੀਂ ਸਾਨੂੰ ਇੰਡੀਆ 'ਚ ਕੋਈ ਨਹੀਂ ਦੇਣੀ, ਠੀਕ ਹੈ। ਅਗਲੀ ਲੁੱਕ ਇਹ ਹੈ, ਮਿੱਠਾ ਜਲ ਜੀ ਕਲਰ ਹੈ, ਬਹੁਤ ਸੋਹਣਾ ਜਿਹਾ, ਅਤੇ ਉਹਦੇ ਉੱਤੇ ਆਹ ਵਾਲਾ ਪ੍ਰਿੰਟ, ਠੀਕ ਹੈ। ਅਤੇ ਆਹ ਲੁੱਕ ਆਊਗੀ ਇਹਦੇ ਵਰਕ ਦੀ, ਸਾਰਿਆਂ ਦੇ ਥੋੜ੍ਹਾ ਥੋੜ੍ਹਾ ਵਰਕ ਸਟਾਈਲ ਫਰਕ ਹੈ, ਨੋਟ ਕਰ ਲੈਣਾ, ਬਹੁਤ ਸੋਹਣਾ ਸੂਟ ਹੈ, ਮਿੰਟ ਇੱਕ ਹੀ ਲਾਉਣਾ ਹੈ, ਥੋੜ੍ਹਾ ਜਿਹਾ ਵੀ ਲਾਉਣਾ, ਠੀਕ ਹੈ, ਹਲੇ ਰੱਖਣੀਆਂ ਸਟੈਮ ਹੈ, ਸੂਟ ਥੋੜ੍ਹਾ ਤੱਕ ਪਹੁੰਚ ਜਾਂਦੇ। ਅਤੇ ਜੇ ਤੁਸੀਂ ਦੂਰ ਬੈਠੇ ਹੋ ਤਾਂ ਸਾਨੂੰ ਡਰੈਸ ਲਿਖਾ ਦਿਓ, ਸਿੱਧਾ ਭੈਣ ਕੋਲ ਪਹੁੰਚ ਜੂਗਾ, ਠੀਕ ਹੈ ਜੀ। ਲਓ ਜੀ ਹੁਣ ਦਿਖਾਉਂਦੇ ਹਾਂ ਤੁਹਾਨੂੰ ਅਗਲਾ ਸੂਟ, ਇਹ ਵੀ ਕੇਸਰ ਕਰਾਚੀ, ਕੇਸਰ ਕਰਾਚੀ ਦਾ ਇਹ ਹੋਊਗਾ, ਠੀਕ ਹੈ। ਕੇਸਰ ਕਰਾਚੀ ਦੇ ਤੁਸੀਂ ਬਹੁਤ ਸੂਟ ਲਏ ਹੋਏ ਹੈ, ਓਥੈਂਟਿਕ ਬ੍ਰਾਂਡ ਹੈ, ਐਸੀ ਗੱਲ ਨਹੀਂ ਹੈਗੀ, ਬਹੁਤ ਸੋਹਣੇ ਸੂਟ ਹੁੰਦੇ ਨੇ ਤੁਹਾਡੇ ਕੋਲ, ਕਾਫੀ ਸੂਟ ਆਏ ਹੋਏ ਨੇ ਸੂਟ, ਹੈ ਨਾ। ਲਓ ਜੀ ਪਹਿਲਾਂ ਤਾਂ ਗਲੇ ਦੇ ਉੱਤੇ ਵਰਕ ਦੇਖੋ, ਵਰਕ ਹੈ ਪ੍ਰੋਪਰ, ਹੈ ਗਲੇ ਦੇ ਉੱਤੇ ਪੱਟੀ ਜਿਹੜੀ ਸਾਰੀ ਵਰਕ ਵਾਲੀ ਹੈ, ਤੁਹਾਨੂੰ ਆ ਨਾ ਬਲੂ ਬਲੂ ਜਿਹਾ ਦਿਖਦਾ ਹੋਣਾ, ਇਹ ਐਕਚੁਅਲੀ ਪਿਛਲਾ ਪ੍ਰਿੰਟ ਦਿਖ ਰਿਹਾ ਹੈ, ਇਹ ਇੱਦਾਂ ਹੀ ਹੈ ਲਾਈਨਸ ਦਾ, ਠੀਕ ਹੈ। ਲਓ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੋਈ ਵੀ ਹੈ, ਆਹ ਸਾਰਾ ਇਹਨੂੰ ਲਾਈਨਸ ਦੇ ਪੜ੍ਹੇ ਲਿਖੇ ਜੇ ਪ੍ਰਿੰਟ ਨੂੰ ਸੈਂਟਰ 'ਚ ਨਾਲ, ਠੀਕ ਹੈ, ਬਾਹਾਂ ਥੋੜੀਆਂ ਸਾਈਡ ਤੋਂ ਨਿਕਲ ਆਉਣਗੀਆਂ ਆਰਾਮ ਨਾਲ, ਅਤੇ ਬੈਕ ਸਾਈਡ 'ਤੇ ਸੇਮ ਫੁੱਲ ਹੋਊਗਾ, ਠੀਕ ਹੈ। ਅਤੇ ਇਹ ਤੁਹਾਨੂੰ ਮਿਲ ਗਿਆ ਜੀ ਪਿਓਰ ਕੋਟਨ ਦਾ ਸੂਟ ਹੋਊਗਾ, ਕੈਮਰਿਕ ਕੋਟਨ, ਬੜੀ ਪਿਆਰੀ ਵਿਦਾਊਟ ਲਾਈਨਿੰਗ ਸੂਟ ਬਣਾ ਰਹੇ ਹੋ ਤੁਸੀਂ, ਠੀਕ ਹੈ। ਲਾਈਨਿੰਗ ਲਵਾਉਣੀ ਹੈ ਉਹ ਤੁਹਾਡੀ ਆਪਣੀ ਇੱਛਾ ਹੈ, ਆਹ ਤੁਹਾਨੂੰ ਮਿਲੂ ਇਹਦੇ ਨਾਲ ਪਿਓਰ ਕੋਟਨ ਦੀ ਬੋਟਮ, ਦੁਪੱਟਾ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦਾ, ਫੁੱਲ ਪਿਓਰ ਦੇ ਦੁਪੱਟੇ ਇਹਨਾਂ ਦੇ ਸਾਰਿਆਂ ਦੇ। ਲਓ ਜੀ ਦੇਖੋ ਦੁਪੱਟੇ ਦੀ, ਬਹੁਤ ਹੀ ਪਿਆਰੇ ਲੱਗਣੇ ਆ ਦੁਪੱਟੇ, ਬਹੁਤ ਖੂਬਸੂਰਤ ਫੈਬਰਿਕ ਹੈ, ਠੀਕ ਹੈ, ਬਿਲਕੁਲ ਨਿਸ਼ਚਿੰਤ ਰਹਿਣਾ। ਇਹ ਤੁਹਾਨੂੰ ਮਿਲਣਾ ਜੀ 1500 'ਚ, ਇਹ 1500 ਦਾ, ਠੀਕ ਹੈ। ਇਹਦੇ ਤੁਹਾਨੂੰ ਮੈਂ ਕਲਰ ਦਿਖਾ ਦਿੰਦੀ ਫਟਾਫਟ, ਆਹ ਕਲਰ ਆਊਗਾ ਲੁੱਕ ਆਇਆ, ਠੀਕ ਹੈ, ਆਹ ਵਾਲਾ ਕਲਰ ਹੈ। ਅਤੇ ਇਹਦਾ
ਸ਼ਰਟ ਮੈਂ ਤੁਹਾਨੂੰ ਫੇਰ ਦਿਖਾ ਹੀ ਦਵਾਂ ਥੋੜ੍ਹਾ ਜਿਹਾ ਡਿਫਰੈਂਟ ਹੈ ਕਿ ਸੇਮ ਹੀ ਬਸ ਲੈਣਾ ਨਹੀਂ ਆਉਂਦਾ ਪੈਟਰਨ 'ਚ ਫਰਕ ਹੈ ਹਾਂਜੀ ਹਾਂ ਇਹ ਇਸ ਤਰ੍ਹਾਂ ਲੈਣਾ ਦਾ ਪੈਟਰਨ ਬਣਿਆ ਹੋਇਆ ਹੋਰ ਕੋਈ ਫਰਕ ਨਹੀਂ ਗਾ ਇਹ ਬੈਕ ਸਾਈਡ ਕੁੜਤੀ ਮਤਲਬ ਦੇ ਮੈਂ ਕਿ ਹਾਂ ਕਿਉਂਕਿ ਇਹਦੇ ਗਲੇ 'ਤੇ ਪੱਟੀ ਬਣੀ ਹੋਈ ਹੈ ਵਰਕ ਵਾਲੀ ਉਹ ਪੱਟੀ ਸਭ ਦੇ ਹੋਊਗੀ ਠੀਕ ਹੈ ਅਤੇ ਆ ਬਸ ਲਾਈਨਸ ਦਾ ਪੈਟਰਨ ਇਸ ਤਰ੍ਹਾਂ ਬਣਿਆ ਹੋਇਆ ਉਹ ਡਿਫਰੈਂਟ ਹੈ ਥੋੜ੍ਹਾ ਜਿਹਾ ਹੋਰ ਕੁਛ ਨਹੀਂ ਠੀਕ ਹੈ ਬਾਕੀ ਸੇਮ ਹੈ ਬੜਾ ਪਿਆਰਾ ਜਿਹਾ ਬੋਟਮ ਦਾ ਕਲਰ ਹੈ ਠੀਕ ਅਤੇ ਨਾਲ ਇਹ ਦੁਪੱਟਾ ਪਿਓਰ ਅਤੇ ਦੁਪੱਟਿਆਂ ਨਾਲ ਇਹ ਕਲਾਸ ਚੀਜ਼ਾਂ ਨੇ 1500 ਦੇ ਵਿੱਚ ਸੂਟ ਤੁਹਾਡੇ ਘਰ ਆ ਠੀਕ ਹੈ ਜੀ ਹਾਂ ਲਾਈਨਾਂ 'ਚ ਥੋੜ੍ਹਾ ਜਿਹਾ 19 ਜਿਹਾ ਫਰਕ ਹੈ ਮੈਂ ਤਾਂ ਹੀ ਥੋੜ੍ਹਾ ਥੋੜ੍ਹਾ ਖੋਲ ਹੀ ਦਿੱਤੀ ਹੈ ਫਿਰ ਥੋੜ੍ਹਾ ਜਿਹਾ ਹੈ ਇਹੀ ਹੈ ਲਾਈਨਸ ਦਾ ਹੀ ਹੈ ਬਸ ਪੈਟਰਨ ਜਿਹਾ ਬਸ ਕਿਸੇ ਦੇ ਟੇਢੀਆਂ ਕਿਸੇ ਦੇ ਮੜੀਆਂ ਹੀ ਆ ਜ਼ਿਆਦਾ ਟੇਢੀਆਂ ਲਓ ਜੀ ਠੀਕ ਹੈ ਇਹੀ ਪੈਟਰਨ ਹੈ ਆ ਕਢਾਈ ਵਾਲੀ ਪੱਟੀ ਹੋਊਗੀ ਸਭ ਦੇ ਠੀਕ ਹੈ ਆ ਹੋਊਗਾ ਫਲਾਰ ਬਹੁਤ ਸੋਹਣੀ ਬਰੀਕ ਦੇ ਰਿਹਾ ਸੀ ਗ੍ਰੀਨ ਜੇ ਕਲਰ ਨੂੰ ਨਾ ਹੈ ਨਾ ਬਹੁਤ ਸੋਹਣਾ ਕਲਰ ਹੈ ਅਤੇ ਉਹਦੇ ਉੱਤੇ ਬਹੁਤ ਸੋਹਣੀ ਜਿਹੀ ਬਰੀਕ ਦੇ ਰਿਹਾ ਬੈਕ ਫੁੱਲ ਹੋ ਗਿਆ ਠੀਕ ਹੈ ਬੈਕ ਘੇਰੇ ਦਾ ਗਰਮੀ ਦੇ ਵਿੱਚ ਏ ਕਲਾਸ ਫੈਬਰਿਕ ਹੈ ਆਹ ਤੁਹਾਨੂੰ ਮਿਲ ਰਿਹਾ ਬੋਟਮ ਇਹ ਮਿਲੂਗਾ ਦੁਪੱਟਾ ਲਓ ਜੀ ਇੱਧਰ ਦੁਪੱਟਾ 1500 ਦੇ ਵਿੱਚ ਸੂਟ ਤੁਹਾਡੇ ਘਰ ਤੱਕ ਆ ਜੂਗਾ ਸਾਰੀਆਂ ਧੀਆਂ ਭੈਣਾਂ ਨੂੰ ਲੋਕਾਂ ਨੂੰ ਸਭ ਨੂੰ ਦੇ ਲਓ ਇੱਕ ਕਿੰਨੀ ਪਿਆਰੀ ਲੁੱਕ ਆ ਰਹੀ ਹੈ ਸੂਟ ਦੀ ਫੁੱਲ ਪਿਓਰ ਦੇ ਦੁਪੱਟੇ ਨਾਲ ਪੀਕੋ ਹੋਈ ਵੀ ਹੋਊਗੀ ਠੀਕ ਹੈ ਅਗਲਾ ਆ ਗਿਆ ਜੀ ਗ੍ਰੀਨ ਠੀਕ ਹੈ ਇਹ ਸੇਮ ਦਾ ਹੀ ਆ ਕਟੇ ਮਿੱਟੀ ਜੀ ਉਹਦੇ ਵਰਗੀ ਹੈ ਜੀ ਉਹਦੇ ਵਰਗੀ ਸੇਮ ਠੀਕ ਹੈ ਗ੍ਰੇ ਦੇ ਨਾਲ ਬੋਟਮ ਦਾ ਰੰਗ ਤੁਹਾਨੂੰ ਦਿਖਾ ਦਿੰਦੇ ਹਾਂ ਸਟੀਲ ਗ੍ਰੇ ਦਾ ਕਲਰ ਹੈ ਇਹਦਾ ਬਹੁਤ ਜ਼ਿਆਦਾ ਗੂੜਾ ਨਹੀਂ ਗਾ ਸਟੀਲ ਗ੍ਰੇ ਹੈ ਠੀਕ ਹੈ ਜੀ 1500 ਵਿੱਚ ਸੂਟ ਤੁਹਾਡੇ ਘਰ ਦੇਖੋ ਮਿੱਠਾ ਪੀਲਾ ਠੀਕ ਹੈ ਥੋੜ੍ਹਾ ਜਿਹਾ ਖੱਟਾ ਪੀਲਾ ਅਗੇਨ ਲਾਈਨਸ ਦਾ ਪੈਟਰਨ ਆ ਫਲਾਰ ਠੀਕ ਹੈ ਆ ਬੈਕ ਦਾ ਫਲਾਰ ਹੋ ਗਿਆ ਇਹ ਹੋ ਗਿਆ ਦੁਪੱਟਾ ਫੁੱਲ ਪਿਓਰ ਪਿਓਰ ਸ਼ਿਫੋਨ ਦਾ ਠੀਕ ਹੈ ਉਠਾ ਦੇਖੋ ਸੂਟ ਦੇ ਉੱਤੇ ਕਿੰਨਾ ਆਇਆ ਦੁਪੱਟੇ ਦਾ ਇਹਦੇ ਨਾਲ ਬਹੁਤ ਸੋਹਣਾ ਲੱਗਣ ਵਾਲਾ ਸੂਟ ਪੜ੍ਹ ਕੇ ਲੋਕ ਠੀਕ ਹੈ ਜੀ ਪ੍ਰਾਈਸ ਮਿਲੂਗਾ 1500 ਕਿਉਂਕਿ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ ਅਤੇ ਸਾਨੂੰ ਵੀ ਪਤਾ ਵੀ ਤੁਹਾਨੂੰ ਕੱਲ੍ਹ ਹੀ ਹੈ ਨਾ ਵੀ ਸੂਟ ਮਿਲ ਜਾਵੇ ਕਿਸੇ ਨੇ ਗਿਫਟ ਕਰਨਾ ਹੋਰ ਹੈ ਅਤੇ ਅਸੀਂ ਨਾਲ ਦੀ ਨਾਲ ਮਤਲਬ ਭੇਜ ਦਿੰਦੇ ਹਾਂ ਪਾਰਸਲ ਇਹ ਨਹੀਂ ਹੈਗਾ ਕਿ ਤੁਹਾਡਾ ਬਲੌਕ ਦੇ ਵਿੱਚ ਪਿਆ ਰਹੂਗਾ ਠੀਕ ਹੈ ਜੀ ਕਲੀਅਰ ਕੀਤਾ ਸੀ ਸਾਰਾ ਬੈਕਲੌਗ ਅਤੇ ਹੁਣ ਨਾਲ ਦੀ ਨਾਲ ਹੀ ਪਾਰਸਲ ਨਿਕਲੀ ਜਾਣੀ ਅਤੇ ਫਟਾਫਟ ਤੁਹਾਨੂੰ ਮਿਲੀ ਜਾਣੀ ਪਹਿਲਾਂ ਵੀ ਸਾਡਾ ਮਤਲਬ ਡਿਲੀਵਰੀ ਟਾਈਮ ਬਹੁਤ ਥੋੜ੍ਹਾ ਹੈ ਕਿਤੇ ਬਾਈ ਚਾਂਸ ਕਿਸੇ ਦਾ ਕੋਈ ਰੀਸਟੋਕ ਆਉਣਾ ਹੋਵੇ ਤਾਂ ਗੱਲ ਅਲੱਗ ਹੈ ਅਦਰਵਾਈਜ਼ ਸਭ ਦੇ ਨਾਲ ਮਿਲੀ ਜਾਂਦੀ ਹੈ ਲਓ ਜੀ ਦੇਖੋ ਕੇਸਰ ਕਰਾਚੀ ਦਾ ਹੀ ਹੈ ਵੀ ਪਿਓਰ ਕੈਮਰਿਕ ਹੈ ਇਹ ਠੀਕ ਹੈ ਗਲਿਟਰ ਪ੍ਰਿੰਟ ਦੇ ਨਾਲ ਵਰਕ ਬਹੁਤ ਸੋਹਣਾ ਬਰੀਕ ਅਤੇ ਕੋਟਨ ਦਾ ਇਹਦਾ ਬੋਟਮ ਹੈ ਲਿਬੈਂਬਰ ਦਾ ਪਿਓਰ ਦਾ ਦੁਪੱਟਾ ਠੀਕ ਹੈ ਪੰਜਾਬੀ ਕੋਟਨ ਦਾ ਬੋਟਮ ਹੈ ਧੋਕੇ ਦਾ ਜਿਹੜਾ ਮਾਵਾ ਜਿਹਾ ਹੁੰਦਾ ਨਿਕਲ ਜਾਂਦਾ ਏ ਕਲਾਸ ਠੀਕ ਅਤੇ ਨਾਲ ਤੁਹਾਨੂੰ ਮਿਲੂਗੀ ਪ੍ਰਿੰਟਿੰਗ ਬਹੁਤ ਖੂਬਸੂਰਤ ਹੈ ਅਤੇ ਇਹ ਗੋਲਡਨ ਪ੍ਰਿੰਟਿੰਗ ਹੈ ਵਿੱਚ ਇਹਦੇ ਸਾਰੀ ਠੀਕ ਹੈ ਕਲਰ ਤੁਸੀਂ ਨੋਟ ਕਰ ਲਿਆ ਤਾਂ ਇਹਦੀਆਂ ਬਾਹਾਂ ਦਾ ਆ ਗਿਆ ਠੀਕ ਹੈ ਕੋਈ ਲਾਈਨਿੰਗ ਨਹੀਂ ਕੋਈ ਸੀ ਥਰੂ ਨਹੀਂ ਆਰਾਮ ਨਾਲ ਤੁਸੀਂ ਸੂਟ ਬਣਾਉਣਾ ਅਤੇ ਪਾਉਣਾ ਕਲਰ ਤੁਸੀਂ ਨੋਟ ਕਰ ਲਿਆ ਬਹੁਤ ਪੜ੍ਹਿਆ ਲਿਖਿਆ ਜਿਹਾ ਪ੍ਰਿੰਟ ਹੈ
ਚੈੱਕ ਦੇ ਵਿੱਚ ਆ ਛੋਟੇ ਛੋਟੇ ਗੋਲਡਨ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਅਤੇ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ। ਇਹ ਅਸੀਂ ਦੂਜੀ ਵਾਰ ਮੰਗਾ ਲਿਆ ਲੋਟ, ਪਹਿਲਾਂ ਵੀ ਇਸ ਤਰ੍ਹਾਂ ਦਾ ਇੱਕ ਲੋਟ ਤੋਂ ਦਿੱਤਾ ਸੀ। ਬਹੁਤ ਪਿਆਰੀਆਂ ਚੀਜ਼ਾਂ ਨੇ ਲੋ, ਮਲਟੀ ਕਲਰ ਜਿਹਾ ਦੁਪੱਟਾ, ਤਿੱਖਾ ਨਹੀਂ ਹੈ ਇਹ ਨੋਟ ਕਰ ਲੈਣਾ ਪਲੀਜ਼, ਜੇ ਤੁਹਾਡੇ ਕੋਲ ਤਿੱਖਾ ਆ ਰਿਹਾ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਹਾਂ, ਬਹੁਤ ਤਿੱਖਾ ਨਹੀਂ ਹੈ ਕਲਰ ਕੰਬੀਨੇਸ਼ਨ ਦੁਪੱਟੇ ਦੇ ਉੱਤੇ, ਠੀਕ ਹੈ। ਲਓ ਇਸ ਤਰ੍ਹਾਂ ਲਾਈਨਸ ਦਾ ਸੈਂਟਰ ਜੋਨ ਬਣਦਾ ਹੈ ਅਤੇ ਵਿੱਚ ਇਹਦੇ ਇਸ ਤਰ੍ਹਾਂ ਬਾਰਡਰ ਅਤੇ ਬੂਟੀਆਂ ਵੀ ਹੈ ਗੋਲਡਨ, ਠੀਕ ਹੈ। 2.25 ਮੀਟਰ ਦੁਪੱਟਾ ਫੁੱਲ ਪਿਓਰ ਦਾ, ਪ੍ਰਾਈਸ ਮਿਲਣਾ ਤੁਹਾਨੂੰ ਇਹਦਾ ਵੀ 1800, ਇਹਦਾ ਮਿਲੂਗਾ 1800 ਰੁਪਇਆ, ਠੀਕ ਹੈ ਜੀ। ਅਗਲਾ ਇਹਦੇ 'ਚ ਕਲਰ ਨੋਟ ਕਰ ਲਓ, ਠੀਕ ਹੈ, ਪ੍ਰਾਈਸ ਮਿਲਣਾ ਹੈ 1800। ਲਓ ਜੀ ਹੁਣ ਆਪਾਂ ਤੁਹਾਨੂੰ ਇਹਦਾ ਅਗਲਾ ਕਲਰ ਦਿਖਾ ਦਿੰਦੇ ਹਾਂ। ਵੈਸੇ ਇਹ ਸੂਟ ਆਪਾਂ ਤੁਹਾਨੂੰ ਪਹਿਲਾਂ 1850 ਦਿੱਤੇ ਸੀ, ਅੱਜ ਤੁਹਾਨੂੰ 1800 'ਚ ਦੇ ਰਹੇ ਹਾਂ, ਠੀਕ ਹੈ। ਲਓ ਆਹ ਦੇਖੋ ਤੁਸੀਂ ਅਗਲਾ ਸੂਟ, ਠੀਕ, ਕੇਸਰ ਕਰਾਚੀ ਬ੍ਰਾਂਡ, ਆਹ ਤੁਹਾਨੂੰ ਮਿਲਣਾ ਇਹਦਾ ਦੁਪੱਟਾ, ਪ੍ਰਾਈਸ ਮਿਲਣਾ ਤੁਹਾਨੂੰ 1800 ਰੁਪਇਆ, ਠੀਕ ਹੈ। ਲਓ ਜੀ ਹੁਣ ਸ਼ੁਰੂ ਕਰਦੇ ਹਾਂ ਆਪਾਂ ਰੀਵਾ ਬ੍ਰਾਂਡ, ਠੀਕ ਹੈ ਜੀ। ਲਓ ਜੀ ਕੋਟਨ ਡਿਜੀਟਲ ਪ੍ਰਿੰਟ ਦਾ ਰੀਵਾ ਦਾ ਬ੍ਰਾਂਡ ਹੈ ਇਹ, ਰੀਵਾ ਦਾ ਫੈਬਰਿਕ ਹੈ ਤੇ ਇਸ ਤਰ੍ਹਾਂ ਇਹਦੇ ਵਿੱਚ ਵਰਕ ਹੈ ਛੋਟਾ ਛੋਟਾ, ਠੀਕ ਹੈ, ਚਿਕਨ ਟਾਈਪ ਸਾਰੇ ਸੂਟ ਦੇ ਵਿੱਚ, ਪਰ ਤੁਹਾਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ, ਆਰਾਮ ਨਾਲ ਤੁਸੀਂ ਸਿੱਧੇ ਬਣਾ ਲੈਣਾ ਕਿਉਂਕਿ ਮੋਰੀਆਂ ਜਿਹੀਆਂ ਨਹੀਂ ਹੈਗੀਆਂ ਜ਼ਿਆਦਾ ਇਹਦੇ 'ਚ, ਕਢਾਈ ਜਿਹੀ ਹੋਈ ਵੀ ਉਸ ਟਾਈਪ ਨਾਲ, ਠੀਕ ਹੈ। ਤੇ ਨੀਚੇ ਤੁਹਾਨੂੰ ਇਸ ਤਰ੍ਹਾਂ ਲੇਸ ਮਿਲੂਗੀ, ਠੀਕ ਹੈ, ਬੈਕ ਐਂਡ ਫਰੰਟ ਸੇਮ ਮਿਲੂਗਾ, ਠੀਕ। ਤੇ ਇਹਦੇ ਨਾਲ ਤੁਹਾਨੂੰ ਇਹ ਮਿਲੂਗਾ ਬਾਟਮ, ਠੀਕ ਹੈ, ਤੇ ਨਾਲ ਮਿਲੂਗਾ ਤੁਹਾਨੂੰ ਇਹ ਦੁਪੱਟਾ ਕੋਟਨ ਦਾ, ਮਲ ਕੋਟਨ ਫਰਮ ਵਨੀ ਲਿਖਿਆ ਹੋਇਆ, ਠੀਕ ਹੈ ਜੀ। ਪਰ ਜਿਵੇਂ ਥੋੜ੍ਹੀ ਜਿਹੀ ਮਿਕਸਿੰਗ ਵਾਲੀ ਮਸਲੀਨ ਨਹੀਂ ਹੁੰਦੀ ਉਵੇਂ ਹੈ ਇਹ, ਠੀਕ ਹੈ, ਉਸ ਤਰ੍ਹਾਂ ਦਾ ਇਹ ਕੋਟਨ ਮਸਲੀਨ ਦਾ ਦੁਪੱਟਾ ਲੱਗ ਰਿਹਾ ਮੈਨੂੰ, ਇਹ ਮਲ ਦਾ ਨਹੀਂ ਲੱਗ ਰਿਹਾ, ਪਰ ਫਰਮ ਨੇ ਤਾਂ ਭਾਵੇਂ ਮਾਲੀ ਲਿਖਿਆ ਤੇ ਮਲ ਕੋਟਨ ਦਾ, ਪਰ ਇਹ ਮੈਨੂੰ ਲੱਗ ਰਿਹਾ ਥੋੜ੍ਹਾ ਜਿਹਾ ਮਸਲੀਨ ਟਾਈਪ, ਠੀਕ ਹੈ। ਲੋ ਬਹੁਤ ਸੋਹਣਾ ਦੁਪੱਟਾ ਹੈ, ਬਹੁਤ ਪਿਆਰਾ, ਤੇ ਲੇਸ ਲੱਗੀ ਵੀ ਹੋਊਗੀ, ਤੇ ਇਹ ਤੁਹਾਨੂੰ ਮਿਲਣਾ ਹੈ 1750 ਚ। ਅਗਲਾ ਦੇਖਦੇ ਹਾਂ, ਅਗਲਾ ਵੀ ਲਾਈਨਸ ਦਾ ਪ੍ਰਿੰਟ ਹੈ, ਸੇਮ ਉਸੇ ਤਰ੍ਹਾਂ ਇਹਦੇ 'ਚ ਵਰਕ ਹੈ, ਠੀਕ ਹੈ, ਉਸੇ ਤਰ੍ਹਾਂ ਹੀ ਇਹਦੇ 'ਚ ਨੀਚੇ ਫਿਰ ਇਸ ਤਰ੍ਹਾਂ ਦੀ ਲੇਸ ਹੈ। ਇਹਦੇ ਨਾਲ ਤੁਹਾਨੂੰ ਇਹ ਵਾਲੀ ਬੋਟਮ ਮਿਲੂਗੀ ਕ੍ਰੀਮ ਕਲਰ ਦੀ, ਤੇ ਇਹ ਤੁਹਾਨੂੰ ਮਿਲੂਗਾ ਦੁਪੱਟਾ, ਦੇਖੋ ਖੁੱਲੇ ਡੁੱਲੇ ਦੁਪੱਟੇ ਹੈ, ਲੇਸ ਲੱਗੀ ਹੋਈ ਹੈ, ਪ੍ਰਾਈਸ ਮਿਲੂਗਾ ਤੁਹਾਨੂੰ 1750 ਰੁਪਏ। ਲਓ ਜੀ ਅਗਲਾ, ਬਹੁਤ ਪਿਆਰਾ, ਉਹ ਬੇਸ ਸਭ ਦਾ ਉਵੇਂ ਹੋਊਗਾ ਕਢਾਈ ਵਾਲਾ, ਹੈ ਨਾ, ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਦੀ ਹਾਂ, ਦੇਖੋ ਇਸ ਤਰ੍ਹਾਂ, ਤੇ ਆਹ ਤੁਹਾਨੂੰ ਮਿਲ ਰਿਹਾ ਦਾ ਡੋਟਸ ਜੇ ਵਾਲਾ ਪ੍ਰਿੰਟ, ਤੇ ਆਹ ਮਿਲੂਗੀ ਤੁਹਾਨੂੰ ਕੋਟਨ ਦੀ ਬੋਟਮ, ਤੇ ਇਹ ਮਿਲੂਗਾ ਦੁਪੱਟਾ, ਇਹ ਰੀਵਾ ਬ੍ਰਾਂਡ ਦੇ ਹੈ। ਲਓ ਜੀ ਦੇਖੋ ਦੁਪੱਟੇ, ਠੀਕ ਹੈ, ਇਹ ਤੁਹਾਨੂੰ ਮਿਲੂਗਾ 1750 ਚ, ਠੀਕ ਹੈ ਜੀ। 1750 ਚ ਕੋਈ ਐਕਸਟਰਾ ਸ਼ਿਪਿੰਗ ਚਾਰਜ ਤੁਸੀਂ ਸਾਨੂੰ ਨਹੀਂ ਦੇਣੀ। ਅਗਲਾ ਸੇਮ ਦਾ ਕਲਰ ਹੈ ਜੋ ਡੋਟਸ ਵਾਲਾ ਦਿਖਾਇਆ ਤੁਹਾਨੂੰ, ਬਸ ਉਹਦੇ ਵਿੱਚ ਇਹ ਕਲਰ ਹੈ, ਬੋਟਮ ਇਹਦੀ ਵੀ ਕਰੀਮ ਹੀ ਹੈ, ਸ਼ਰਟ ਦਾ ਇਹ ਤੋਂ ਪਿਸਤਾ ਜਿਹਾ ਕਲਰ ਹੈ ਇਹਦਾ,
ਠੀਕ ਹੈ ਜੀ 1750 ਚ। ਲਓ ਜੀ ਅਗਲਾ ਇਸ ਤਰ੍ਹਾਂ ਦੀ ਵਾਲੀ ਲੇਸ ਲੱਗੀ ਹੋਈ ਹੈ, ਠੀਕ ਹੈ। ਆਹ ਤੁਹਾਨੂੰ ਬੋਟਮ ਦੁਪੱਟਾ ਮੈਂ ਤੁਹਾਨੂੰ ਇਹਦਾ ਖੋਲ ਕੇ ਦਿਖਾ ਦਿੰਦੀ ਹਾਂ। ਲਓ ਜੀ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਦੁਪੱਟੇ ਦੀ, ਬਹੁਤ ਖੂਬਸੂਰਤ। ਪ੍ਰਾਈਸ 1750। ਲਓ ਜੀ ਅਗਲਾ ਇਹਦੇ 'ਚ ਕਲਰ ਸੇਮ ਦਾ, ਠੀਕ ਹੈ। ਬਹੁਤ ਪਿਆਰਾ ਜਿਹਾ ਇਹਦੇ ਆਹ ਫੈਬਰਿਕ ਲਗਾ ਕੇ ਇਹਨੂੰ ਡਿਜ਼ਾਇਨਿੰਗ ਦਿੱਤੀ ਹੈ, ਅਤੇ ਸਾਰੇ ਦੇ ਵਿੱਚ ਇਸ ਤਰ੍ਹਾਂ, ਠੀਕ ਹੈ। ਅਤੇ ਨਾਲ ਤੁਹਾਨੂੰ ਇਹ ਮਿਲ ਰਿਹਾ ਦੁਪੱਟਾ, ਠੀਕ ਹੈ ਜੀ। ਕਲਰ ਤੁਸੀਂ ਨੋਟ ਕਰ ਲਿਆ 1750, ਸੂਟ ਤੁਹਾਡੇ ਘਰ ਆ ਜੂਗਾ। ਨੈਕਸਟ ਲਓ ਜੀ ਇਹ ਵੀ ਕੇਸਰ, ਹਾਂ ਲਓ ਜੀ ਅਗੇਨ ਕੇਸਰ ਕਰਾਚੀ, ਠੀਕ ਹੈ। ਲਓ ਜੀ ਫਿਰ ਆ ਗਈ ਕੇਸਰ ਕਰਾਚੀ, ਆ ਇਸ ਤਰ੍ਹਾਂ ਇਹਦੇ ਗਲੇ ਦੇ ਉੱਤੇ ਤੁਹਾਨੂੰ ਡਿਜ਼ਾਇਨਿੰਗ ਮਿਲੂਗੀ, ਠੀਕ ਹੈ। ਇੱਥੇ ਤੁਹਾਡਾ ਗਲਾ ਆ ਜੂਗਾ ਇੱਦਾਂ, ਹਾਂ ਹਾਂ ਵਰਕ ਹੈ ਸਾਰਾ ਜਿਹੜਾ ਤੁਹਾਨੂੰ ਦਿਖ ਰਿਹਾ, ਨਾਲ ਵਿੱਚ ਸੀਕੁਐਂਸ ਜਿਹਾ ਵੀ ਸਿੱਪੀ ਵਰਕ ਵੀ ਹੈ। ਅਤੇ ਆਹ ਤੁਹਾਨੂੰ ਕਲਾਸੀਕਲ ਜੀ ਪ੍ਰਿੰਟਿੰਗ ਮਿਲ ਰਹੀ ਹੈ, ਅਤੇ ਫਿਰ ਨੀਚੇ ਘੇਰੇ ਦੇ ਉੱਤੇ ਫਿਰ ਤੁਹਾਨੂੰ ਇਸ ਤਰ੍ਹਾਂ ਪੱਟੀ ਮਿਲ ਰਹੀ ਹੈ ਵਰਕ ਵਾਲੀ, ਠੀਕ ਹੈ। ਅਤੇ ਇੱਧਰ ਆ ਗਈਆਂ ਬਾਹਾਂ, ਬੈਕ ਐਂਡ ਫਰੰਟ ਸੇਮ ਪ੍ਰਿੰਟ, ਬਾਕੀ ਮਤਲਬ ਬਾਰਡਰ ਬਾਰਡਰ ਵਾਲਾ ਪ੍ਰਿੰਟ ਹੋਊਗਾ ਬੈਕ 'ਤੇ, ਬਾਕੀ ਪ੍ਰਿੰਟ ਆਹ ਵਾਲਾ ਨਹੀਂ ਹੋਊਗਾ। ਇਹ ਤੁਹਾਨੂੰ ਮਿਲੂ ਇਹਦੀ ਕੋਟਨ ਦੀ ਬੋਟਮ, ਅਤੇ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆਪਾਂ। ਬਿਲਕੁਲ ਨਿਸ਼ਚਿੰਤ ਰਹਿਣਾ ਤੁਸੀਂ, ਏ ਕਲਾਸ ਚੀਜ਼ ਹੈ ਇਹ, ਸਾਡੀ ਆਫਲਾਈਨ ਪੂਰੀ ਤਰ੍ਹਾਂ ਪਾਸ ਹੈ। ਲਓ ਜੀ ਦੇਖੋ ਆਹ ਤੁਹਾਨੂੰ ਪ੍ਰਿੰਟ ਮਿਲੂਗਾ ਚੈੱਕ ਚੈੱਕ ਦਾ, ਬਹੁਤ ਸੋਹਣਾ ਪੜ੍ਹਿਆ ਲਿਖਿਆ ਸੂਟ ਹੈ। ਅਤੇ ਪ੍ਰਾਈਸ ਮਿਲੂਗਾ ਤੁਹਾਨੂੰ 1850 ਰੁਪਏ, ਇਹ 1850 'ਚ ਮਿਲੂਗਾ। ਲਓ ਜੀ ਅਗਲਾ ਇਹਦਾ ਕਲਰ ਦੇਖ ਲਓ ਸੇਮ ਦਾ, ਹੈ ਨਾ ਸੇਮ ਹੀ, ਹਾਂ ਆਹ ਲੁੱਕ ਆਊਗੀ ਬਣ ਕੇ, ਠੀਕ ਹੈ ਜੀ। ਅਤੇ ਆਹ ਤੁਹਾਨੂੰ ਮਿਲ ਰਿਹਾ ਦੁਪੱਟਾ, ਪ੍ਰਾਈਸ 1850। ਨੈਕਸਟ ਲਓ ਜੀ ਆਹ ਤੁਹਾਨੂੰ ਮਿਲ ਰਿਹਾ ਸਕਾਈ ਬਲੂ, ਇਹਦੇ ਉੱਤੇ ਤੁਸੀਂ ਦੇਖ ਲਓ ਇਹ ਵਾਲਾ ਫਿਰੋਜ਼ੀ ਟਾਈਪ ਜਿਹਾ ਹੈ, ਠੀਕ ਹੈ। ਅਤੇ ਪ੍ਰਾਈਸ 1850 ਰੁਪਏ। ਲਓ ਜੀ ਇੱਕ ਹੋਰ ਰੀਵਾ ਦੀ ਹੋਈ ਆਈਟਮ ਹੈ, ਜਿਵੇਂ ਦੇ ਮੈਂ ਤੁਹਾਨੂੰ ਪਹਿਲਾਂ ਵਿਖਾਏ ਸੀ ਉਵੇਂ ਦਾ ਹੀ ਆਈਡੀਆ, ਸੇਮ ਹੀ ਉਹਦੇ ਵਿੱਚ ਵੀ ਐਂ ਸੀਗਾ ਵਰਕ ਜਿਹਾ ਹੋਇਆ ਹੋਇਆ ਸੀਗਾ, ਅਤੇ ਨੀਚੇ ਲੇਸ ਲੱਗੀ ਹੋਈ ਸੀ, ਸੇਮ ਉਸੇ ਤਰ੍ਹਾਂ ਹੀ ਹੈ। ਪ੍ਰਿੰਟਿੰਗ ਬਹੁਤ ਸੋਹਣੀ ਹੈ, ਠੀਕ ਹੈ, ਬਹੁਤ ਪਿਆਰਾ ਸੂਟ ਹੈ। ਅਤੇ ਇਸ ਤਰ੍ਹਾਂ ਇਹਦੀ ਲੇਸ ਦੇਖੋ ਤੁਸੀਂ, ਇਹਦੀ ਹੈਵੀ ਹੈ, ਠੀਕ ਹੈ, ਕੋਟਨ ਲੇਸ ਹੈ ਨਾਲ ਇਹ ਜਿਹੜਾ ਆਪਣਾ ਕੀ ਹੁੰਦਾ ਉਹ ਚਿਕਨ ਦੇ ਨਹੀਂ ਫੈਬਰਿਕ ਹੁੰਦਾ ਉਸ ਟਾਈਪ ਦਾ। ਅਤੇ ਆਹ ਤੁਹਾਨੂੰ ਇਹਦਾ ਕਰੀਮ ਜਾਂ ਬੋਟਮ ਮਿਲੂਗਾ, ਅਤੇ ਇਹਦਾ ਦੁਪੱਟਾ ਬਹੁਤ ਸੋਹਣਾ ਕੋਟਨ ਦਾ, ਠੀਕ ਹੈ, ਬਹੁਤ ਪਿਆਰਾ ਦੇਖੋ, ਬਹੁਤ ਸੋਹਣਾ ਲੱਗਣ ਵਾਲਾ ਬਣ ਕੇ ਸੂਟ, ਮਲਟੀ ਕਲਰ ਦੇ ਦੁਪੱਟੇ ਨਾਲ ਕਲਾਸੀਕਲ ਜਿਹਾ ਸੂਟ ਰੈਡੀ ਹੋਣਾ ਤੁਹਾਡਾ, ਬਹੁਤ ਪੜ੍ਹਿਆ ਲਿਖਿਆ, ਠੀਕ ਹੈ। ਅਤੇ ਪ੍ਰਾਈਸ ਸਿਰਫ ਪ੍ਰਾਈਸ ਮਿਲੂਗੀ 2290, ਠੀਕ ਹੈ। ਲਓ ਜੀ ਅਗਲਾ ਇਹ ਤੁਹਾਨੂੰ ਮਿਲ ਰਿਹਾ ਸੈਕਿੰਡ ਕਲਰ, ਫੈਬਰਿਕ ਬਹੁਤ ਸੋਹਣਾ ਹੈ, ਏ ਕਲਾਸ ਫੈਬਰਿਕ ਹੈ ਇਹਦਾ, ਠੀਕ ਹੈ ਜੀ। ਆਹ ਤੁਹਾਨੂੰ ਮਿਲ ਰਿਹਾ ਇਹਦਾ ਬੋਟਮ, ਅਤੇ ਆਹ ਤੁਹਾਨੂੰ ਮਿਲੂ ਇਹਦਾ ਦੁਪੱਟਾ। ਲਓ ਜੀ ਦੇਖੋ ਲੁੱਕ, ਬਹੁਤ ਖੂਬਸੂਰਤ ਚੀਜ਼ਾਂ ਬਣਾਉਂਦਾ ਰੀਵਾ, ਠੀਕ ਹੈ। ਅਤੇ ਪ੍ਰਾਈਸ ਇਹਦਾ ਵੀ 2290, ਠੀਕ ਹੈ ਜੀ। ਲਓ ਜੀ
ਇਹ ਸੀ ਸਾਡੀ ਅੱਜ ਦੀ ਕਲੈਕਸ਼ਨ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਊਗੀ। ਲਾਈਕ, ਸ਼ੇਅਰ ਅਤੇ ਕਮੈਂਟ ਬਿਲਕੁਲ ਨਹੀਂ ਭੁੱਲਣੇ, ਉਹ ਕਰਦੇ ਰਹਿਣਾ। ਅਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆਂ ਭੈਣਾਂ ਦਾ ਮਾਣ ਵਧਾਓ, ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ। ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵਰਾਇਟੀ ਲੈ ਕੇ ਮਿਲਾਂਗੇ।